खुशवंत सिंह हाँ जी उन्होंने गदारी की सी, गदारी वजो सारी जमीन मिल गई खुशवंत सिंह ने। खुशवंत सिंह ने पक्षों बारे उन्होंने बड़िया ने गदारी की सी, परख्या ने। ठीक है। हरसिमरत कौर दे बड़िया ने गदारी की, लंगर छकाया जनरल डायर नू जदों ओह उत्थे खाणा कीता रोटी तों आया है। अपने इहदे सिमरनजीत मान दे नाने ने गदारी की, उन्हों सरोपा दिता। कैप्टन अमरिंदर सिंह दे दादियां परदादियां छड़दादियां ने गदारी की, सारे मतलब अंग्रेजां दे नाल रले रहे। बादल ने खूहां च जैतो दे मोर्चे वेले धोखा किया सी जैतो दे मोर्चे दे लड़न वालियां नाल, इस बादल परिवार ने गदारी की। ਇਹ ਗਦਾਰ ਗਦਾਰੀ ਕਰਨ ਵੇਲੇ ਵੀ ਕਿਉਂਕਿ ਸਰਮਾਇਆ ਇਕੱਠਾ ਕਰ ਗਏ, ਉਸ ਸਰਮਾਏ ਦੇ ਨਾਲ ਜਿਹੜਾ ਲੋਕਤੰਤਰ ਸੀ ਉਹ ਸਰਮਾਏ ਦੇ ਨਾਲ ਜੁੜ ਗਿਆ। ਇਹ ਲੋਕਤੰਤਰ 'ਚ ਵੀ ਉਸ ਸਰਮਾਏ ਦੀ ਵਰਤੋਂ ਕਰਕੇ ਮੂਹਰੇ ਆ ਜਾਂਦੇ ਆ। ਠੀਕ ਹੈ। ਅਸੀਂ ਗਦਾਰਾਂ ਨੂੰ ਕੀ ਪਿੱਛੇ ਕਰਤਾ ਦੱਸੋ? ਲੋਕਾਂ ਦੀ ਸਿੱਖਿਆ 'ਚ ਅਸੀਂ ਗਦਾਰਾਂ ਨੂੰ ਜੇ ਤਾਂ ਗਦਾਰੀ ਵਾਲੀ ਸਜ਼ਾ ਦਿੰਦੇ ਤਾਂ ਗਦਾਰੀ ਨਾ ਤਾਂ ਨਾ ਕੋਈ ਕਰਦਾ ਗਾ। ਅਸੀਂ ਗਦਾਰਾਂ ਵਾਲੀ ਸਜ਼ਾ ਦੇਣੀ ਨਹੀਂ ਸਿੱਖੀ, ਸਾਡੇ 'ਚ ਵੱਡਾ ਘਾਟਾ। ਉਹਨਾਂ ਨੂੰ ਨੇੜੇ ਨਾ ਲੱਗਣ ਦਿੰਦੇ, ਸਿਮਰਜੀਤ ਦੇ ਲਾਣੇ ਨੂੰ, ਹਰਸਿਮਰਤ ਕੌਰ ਦੇ ਲਾਣੇ ਨੂੰ ਨੇੜੇ ਨਾ ਲੱਗਣ ਦਿੰਦੇ, ਬਾਦਲ ਦੇ ਲਾਣੇ ਨੂੰ। ਅਸੀਂ ਤਾਂ ਉਹਨਾਂ ਨੂੰ ਮੁੱਖ ਮੰਤਰੀ ਬਣਾਤਾ। ਉਹਨਾਂ ਨੇ ਰਾਹ ਵੇਖ ਲਿਆ ਵੀ ਆਹ ਯਾਰ ਸੌਖਾ, ਇਸ ਰਾਹ 'ਚ ਭਾਵੇਂ ਗਦਾਰੀ ਕਰੀ ਜਾਈਏ ਭਾਵੇਂ ਕੁਛ ਕਰੀ ਜਾਈਏ, ਲੋਕ ਕੱਲ੍ਹ ਨੂੰ ਪੂਰਾ ਮੁੱਖ ਮੰਤਰੀ ਬਣਾ ਦੇਣਗੇ। ਭੁੱਲ ਜਾਂਦੇ ਲੋਕ, ਮਤਲਬ ਜਿਹੜੀ ਭੁੱਲਣ ਸ਼ਕਤੀ ਹੈ ਨਾ ਲੋਕਾਂ ਦੀ, ਜਿਵੇਂ ਹੁਣ ਕੈਪਟਨ ਹੈ ਇਹ ਇਹਦੇ ਜੋਤਿਸ਼ ਦੇ ਦਸਵੇਂ ਘਰ 'ਚ, ਮਤਲਬ ਜਿਹੜਾ ਦਸਵਾਂ ਘਰ ਹੈ ਨਾ ਉਹ ਤੈਅ ਕਰਦਾ ਵੀ ਰਾਜਾ ਬਣਨਾ ਕਿਹਨੇ। ਇਹਦਾ ਦਾਦਾ ਵੀ ਰਾਜਾ, ਪੜਦਾਦਾ ਵੀ ਰਾਜਾ, ਛੜਦਾਦਾ ਵੀ ਰਾਜਾ, ਵੋਟਾਂ ਨਾਲ ਵੀ ਰਾਜਾ। ਕੀ ਬਦਲਤਾ ਸੀ ਦੱਸੋ? ਕੀ ਬਦਲਤਾ? ਪਹਿਲਾਂ ਤਾਂ ਰਜਵਾੜਾ ਸਾਹਿਬ ਘਰ 'ਚ ਤੁਰੀ ਆਈ, ਜਦੋਂ ਲੋਕਤੰਤਰ ਆ ਗਿਆ ਉਦੋਂ ਵੀ ਇਹ ਰਾਜਾ, ਉਦੋਂ ਵੀ ਰਾਜਾ। ਇਹਦਾ ਮਤਲਬ ਹੈ ਵੀ ਸਾਡੇ ਹੀ ਪੱਲੇ ਪੱਛ ਹੈ ਨਹੀਂ ਸੀ ਨਾ। ਕਿਸਾਨ ਸੰਘਰਸ਼ ਨੂੰ ਮੈਂ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਮਨਿੰਦਰਜੀਤ ਸਿੰਘ, ਕਿਸਾਨ ਸੰਘਰਸ਼ ਨੇ ਜਿੰਨੀ ਚੇਤਨਤਾ ਲਿਆਂਦੀ ਆ, 1000 ਯੂਨੀਵਰਸਿਟੀਆਂ ਇੱਕ ਪਾਸੇ ਖੁੱਲ ਜਾਂਦੀਆਂ, 1000 ਯੂਨੀਵਰਸਿਟੀਆਂ, 1000 ਯੂਨੀਵਰਸਿਟੀਆਂ 80 ਸਾਲ ਦੀ ਬੇਬੇ ਨੂੰ ਨਹੀਂ ਸੀ ਸਮਝਾ ਸਕਦੀਆਂ ਗਦਾਰ ਕੌਣ ਹੈ। ਸਹੀ ਹੈ। 80 ਸਾਲ ਦੀ ਬੇਬੇ ਨੂੰ ਨਹੀਂ ਸੀ ਸਮਝਾ ਸਕਦੀਆਂ ਅਡਾਨੀ ਤੇ ਵਾਨੀ ਕੌਣ ਆ ਤੇ ਕਾਰਪੋਰੇਟ ਕੌਣ ਆ। ਆਹ ਸਾਡੇ ਸੰਘਰਸ਼ ਦੇ 1 ਸਾਲ ਨੇ 8 ਸਾਲ ਦੇ ਬੱਚੇ ਤੋਂ ਲਾ ਕੇ 80 ਸਾਲ ਦੀ ਬੇਬੇ ਤੱਕ ਨੂੰ ਦੱਸਦਾ ਗਦਾਰ ਕੌਣ ਆ, ਤੁਹਾਡੇ ਨਾਲ ਗਦਾਰੀ ਕਰਦਾ ਕੌਣ ਰਿਹਾ ਤੇ ਹੁਣ ਕੌਣ ਕਰ ਰਿਹਾ। ਤੇ ਇਕੱਲੇ ਇਕੱਲੇ ਦੇ ਪੋਟਿਆਂ ਤੇ ਯਾਦ ਕਰਾਤਾ ਵੀ ਆਹ ਗਦਾਰੀ ਕਰੀ ਜਾਂਦੇ, ਵੇਖ ਲਓ ਸਾਹਮਣੇ ਆਈ ਇਹਨਾਂ ਨੇ ਕੀਤੀ ਸੀ ਪਿੱਛੇ। ਆਇਆ ਉਹ ਗਦਾਰੀਆਂ ਦਾ ਇਤਿਹਾਸ। ਸਹੀ ਹੈ। ਰੌਲਾ ਤੇ ਆ ਵੀ ਇਹਨਾਂ ਨੂੰ ਸਬਕ ਸਿਖਾਉਣਾ ਪਊਗਾ, ਜਦੋਂ ਆ ਸਾਡਾ ਸੰਘਰਸ਼ ਹੈ ਇਹ ਆਊਗਾ ਨਾ, ਜਿੱਤਾਂਗੇ ਨਾ, ਪੰਜਾਬ 'ਚ ਆਵਾਂਗੇ ਨਾ। ਹੁਣ ਇਹਨਾਂ ਗਦਾਰਾਂ ਦੇ ਤੁਸੀਂ ਪੂੰਝੇ ਉੱਖੜਦੇ ਵੇਖਿਓ, ਸੱਤੀ ਗੱਲ ਮੈਂ ਕਰਦਾ, ਕਿਉਂਕਿ ਹਰੇਕ ਚੇਤਨ ਇੰਨਾ ਹੋ ਗਿਆ, ਪਿੰਡ 'ਚ ਨਹੀਂ ਕਿਸੇ ਨੇ ਵੜਨ ਦੇਣਾ, ਪਤਾ ਲੱਗ ਗਿਆ ਵੀ ਤੁਸੀਂ ਗਦਾਰੀ ਕਿਹੋ ਜਿਹੀ ਕਰਦੇ ਤੇ ਕਿਵੇਂ ਕਰਦੇ ਤੇ ਕਿਵੇਂ ਬੁਰੇ ਹੋਣੇ, ਕਿਵੇਂ ਬੁਰੇ ਹੋ ਇਹ ਚੀਜ਼।